ਬੰਦਾ ਅਰੈਸਟ ਕੀਤਾ ਹੈ, ਕਿੱਥੋਂ ਕੀਤਾ ਤੇ ਕਿਸ ਕੇਸ ਕੀਤਾ? ਇਹ ਜਿਹੜਾ ਜੀ ਅਸੀਂ ਕੱਲ ਬੰਦਾ ਅਰੈਸਟ ਕੀਤਾ ਹੈ, ਇਹ ਹੈਗਾ ਸਾਗਰ ਪੁੱਤਰ ਅਸ਼ਨੀ ਕੁਮਾਰ, ਵਾਸੀ ਭੱਠਾ ਵਸਤੀ ਗੁਰੂਰ ਸਾਹਿਬ। ਇਸ ਨੂੰ ਅਸੀਂ ਮੁਕੱਦਮਾ ਨੰਬਰ 168 ਵਿੱਚ ਮਤਲਬ ਗ੍ਰਿਫਤਾਰੀ ਪਾਈ ਹੈ ਇਸਦੀ, ਤੇ ਇਹਨੂੰ ਕੱਲ ਅਸੀਂ ਚੌਂਕ ਗੁਰੂ ਸਿੰਘ ਵਾਲਾ ਤੋਂ ਗ੍ਰਿਫਤਾਰ ਕੀਤਾ ਸੀ, ਜਿਹਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ। ਚੌਂਕ ਗੁਰੂ ਸਾਹਿਬ ਦਾ ਕਿ ਹੋਰ ਕੋਈ ਚੌਂਕ? ਕੋਟ ਸਿੰਘ ਵਾਲਾ, ਚੌਂਕ ਕੋਟ ਸਿੰਘ ਵਾਲਾ ਮੋੜ ਗੁਰੂਰ ਸਾਹਿਬ। ਤੇ ਕੋਰਟ ਚ ਪੇਸ਼ ਕਦੋਂ ਕਰਨਾ ਜੀ? ਅੱਜ ਇਸ ਨੂੰ ਕੋਰਟ ਚ ਪੇਸ਼ ਕਰ ਰਿਹਾ ਜੀ। ਰਿਮਾਂਡ ਮੰਗਣ ਦੀ ਕੋਸ਼ਿਸ਼ ਹੈ ਕਿਸੇ ਚੀਜ਼? ਬਿਲਕੁਲ ਜੀ, ਇਹਦੇ ਕੋਲੋਂ ਇਹਦਾ ਰਿਮਾਂਡ ਲੈ ਕੇ ਤੇ ਇਹਦੇ ਕੋਲੋਂ ਜਿਹੜੀ ਪੁੱਛਗਿੱਛ ਕੀਤੀ ਜਾਏਗੀ। ਜਿਹੜਾ ਦੂਸਰੇ ਮੁਦਈਆਂ ਵੱਲੋਂ ਦੱਸਿਆ ਗਿਆ ਸੀ ਵੀ ਇਹਦੇ ਕੋਲ ਦੇਸੀ ਪਿਸਤੌਲ ਸੀਗਾ, ਉਹਦੇ ਸੰਬੰਧ ਵਿੱਚ ਇਹਦੇ ਕੋਲੋਂ ਪੁੱਛਗਿੱਛ ਕੀਤੀ ਜਾਣੀ ਹੈ, ਤੇ ਜਿਸਦੇ ਸੰਬੰਧ ਵਿੱਚ ਇਹਦਾ ਰਿਮਾਂਡ ਹਾਸਲ ਕਰਕੇ ਇਹਦੇ ਕੋਲ ਦੁਬਾਰਾ ਪੁੱਛਗਿੱਛ ਕੀਤੀ ਜਾਏ।